બસ ਇੱਕ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਬੱਚਾ ਤੂੰ ਵੀ ਦੇਗਾ ਉਹ ਸੱਤਗੀ ਅਦਾਲਤ ਮੇਂ ਉਹ ਤੇਰੀ ਸਾਡੀ ਹੋਗੀ ਉਹ ਤੇਰੇ ਬੱਚੇ ਹੋਣਗੇ ਉਹ 10 ਰੁਪਏ ਦੇ ਦੇ ਉਹ ਬੱਚਾ ਵਕੀਲਾ ਦੇ ਦੇ ਓਏ ਮੇਰੀ ਸ਼ਾਦੀ ਹੋਈ ਹੋਈ ਆ ਮੈਂ ਸ਼ਾਦੀ ਸ਼ੁਦਾ ਫਿਰ ਤੇਰੀ ਦੂਜੀ ਸ਼ਾਦੀ ਹੋਗੀ ਉਹ ਕਟਰੀਨਾ ਕੈਸ ਨਾਲ ਹੋਗੀ ਅੱਛਾ ਹੱਥ ਕਰ ਲੈ ਦੇ ਤੇਰੇ ਮੂੰਹ ਚ ਕੀ ਸ਼ੱਕਰ 100 ਰੁਪਏ ਦਿੱਤਾ ਬੱਚਾ ਆ ਪੰਜਾ ਅੱਗੇ ਕਰੋ ਆਪਣਾ 100 ਰੁਪਏ ਤੇ ਕੈਟਰੀਨਾ ਕਹੇ ਭਾਲਦਾ 100 ਰੁਪਏ ਤਾਂ ਲਲਿਤਾ ਪਵਾਰ ਨਹੀਂ ਆਉਣੀ ਜੇ ਕੈਟਰੀਨਾ ਕਾਹ ਲੈਣੀ ਹੈ ਘਟੋ ਘੱਟ 500 ਰੁਪਿਆ ਦੇ ਦੇ ਲਗੋ ਮੇਰੀ ਸ਼ਾਦੀ ਹੋਗੀ ਨਾ ਕੈਟਰੀਨਾ ਨਾਲ ਫੇਰ ਚਾਹੇ ਲੱਖ ਰੁਪਿਆ ਲੈ ਲਈ ਓਏ ਵਿਆਹ ਤੋਂ ਬਾਅਦ ਤਾਂ ਕੋਈ ਟੈਂਟ ਵਾਲੇ ਦੇ ਪੈਸੇ ਨਹੀਂ ਦਿੰਦਾ ਤੂੰ ਮੇਰੇ ਕਿੱਥੋਂ ਦੇ ਦੇਗਾ ਨਾਲੇ ਜਦੋਂ ਤੈਨੂੰ ਕੈਟਰੀਨਾ ਮਿਲ ਗਈ ਤੂੰ ਸਾਨੂੰ ਕਿੱਥੋਂ ਮਿਲ ਦੇਗਾ ਓਏ ਪਹਿਲਾਂ 500 ਰੁਪਿਆ ਦੇ ਫੇਰ ਕੈਟਰੀਨਾ ਵੀ ਲੈ ਗਾ ਸੁਣ 500 ਰੁਪਏ ਦੇ ਤੇਰੀ ਸ਼ਕਲ ਭਖਾਰੀ ਵਾਲੀ ਤਾਂ ਮੈਨੂੰ ਲੱਗਦੀ ਨਹੀਂ ਹੈਗੀ ਓਏ ਮਾਫ ਕਰ ਤੇ ਲੱਗਦਾ ਮੈਨੂੰ ਕਿ ਸੇ ਪਾਸੇ ਤੋਂ ਮੈਂ ਪਖਾਰੀ ਨਹੀਂ ਲੱਗ ਰਿਹਾ ਨਹੀਂ ਇੱਕ ਮਿੰਟ ਫਿਰ ਹੁਣ ਬਣੀ ਗਰੇਸ ਮਾਰੀ ਮੋਟੀ ਹੋ ਗਈ ਥੋੜੀ ਜਿਹੀ ਗਰੇਸ ਬਣੀ ਹੈ ਹੁਣ ਫਿਰ ਦੇ ਰਾਮ ਵਾਲੇ ਦੇਣਗੇ ਅੱਲਾਹ ਵਾਲੇ ਦੇ ਓਏ ਓਏ ਆਖੀਰ ਨਾ ਜਨਾ ਬਾਜ਼ਾਰ ਤੂੰ ਇਹ ਕੀਰਨਿਆਂ ਨਾਲ ਤਾਂ ਸਾਡੇ ਕੈਰੇਕਟਰ ਦੀ ਗ੍ਰੇਸ ਬੰਦੀ ਹੈ ਉਹ ਅਲਾਵਾ ਲੋ ਰਾਮਾਇਓ ਪੰਡਿਤ ਜੀ ਦੇ ਬਾਬਾ ਅੱਛਾ ਮੇਰੀ ਗੱਲ ਸੁਣਾ ਤੂੰ ਸੱਚ ਦੀ ਅਦਾਲਤ 'ਚ ਭੀਖ ਮੰਗ ਰਿਆ ਤੈਨੂੰ ਸ਼ਰਮ ਨਹੀਂ ਆਉਂਦੀ ਸੱਚ ਦੀ ਅਦਾਲਤ 'ਚ ਭੀਖ ਹੀ ਮੰਗੀ ਆ ਮੈਂ ਕਿਹੜਾ ਸਰਕਾਰ ਤੋਂ ਹੱਕ ਮੰਗ ਲੇ ਕਿਉਂ ਸਰਕਾਰ ਨੇ ਤੇਰਾ ਕਟੋਰਾ ਖੋਲਿਆ ਲੈ ਸਰਕਾਰ ਨੇ ਕਟੋਰਾ ਹੀ ਖੋਲਿਆ ਜਿਹੜੀ ਸਰਕਾਰ ਹੈ ਇਹਨੇ ਮੰਗਿਆਈ ਵਧਾਤੀ ਉਹ ਮੰਗਿਆਈ ਦੇ ਜਮਾਨੇ 'ਚ ਕੋਈ ਭੀਖ ਨਹੀਂ ਦਿੰਦਾ ਜੁਤੋ ਭੀਖ ਲੱਗਦੀ ਆ ਸਲਾਹ ਦੇ ਕੇ ਹੋ ਜਾਂਦਾ ਕੀ ਸਲਾਹ ਹੁੰਦਾ ਸਲਾ ਉਹ ਅਗਲੇ ਨੂੰ ਕਹੀਦਾ ਵੀ 10 ਰੁਪਏ ਦੇ ਦੇ ਅਗਲਾ ਨਾਲ ਦੀ ਨਾਲ ਕਹਿ ਦਿੰਦਾ ਕੱਟੇ ਵਰਗਾ ਤਾਂ ਪਿਆ ਕਮਾ ਕੇ ਖਾ ਲੈ ਉਹ ਕੱਟਾ ਵੀ ਕਿਸੇ ਨੇ ਕੰਮ ਕਰਦਾ ਵੇਖਿਆ ਭਲਾ ਦੀ ਉਹ ਕੱਟਾ ਤਾਂ ਸਾਰਾ ਦਿਨ ਖੁਰਲੀ ਤੇ ਬੱਜਿਆ ਰਹਿੰਦਾ ਹੈ ਹੈ ਔਰ ਜਦੋਂ ਕੱਟੇ ਖਰੀਦਣ ਵਾਲੇ ਆਉਂਦੇ ਹੈ ਕਟਾ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਚਾਹ ਵੀ ਰੇੜੀ ਨਹੀਂ ਲਾ ਸਕਦਾ ਤੂੰ ਚਾਹ ਦੀ ਰੇੜੀ ਮੈਂ ਕਿਉਂ ਲਾਵਾਂ ਮੈਂ ਕਿਹੜਾ ਗਾਹ ਜਾ ਕੇ ਪ੍ਰਧਾਨ ਮੰਤਰੀ ਬੰਨਾ ਉਥੇ ਕੋਈ ਭਾਂਡੇ ਮਾਂਜ ਹੋਟਲ ਦੇ ਉੱਤੇ ਕੋਈ ਸਬਜ਼ੀ ਵੇਚਣ ਲੱਗ ਜਾ 100 ਤਰ੍ਹਾਂ ਦੇ ਕੰਮ ਨੇ ਕੋਈ ਉਹ ਕੰਮ ਕਰ ਹੋਰ ਵਕੀਲਿਆ ਦੂਏ ਪਖਾਰੀ ਦੀ ਬੇਇੱਜ਼ਤੀ ਕਰ ਰਿਹਾ ਹੈ ਤੈਨੂੰ ਨਹੀਂ ਪਤਾ ਸ਼ਾਇਦ ਸਾਡਾ ਬੈਗਰ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਕਾਰੋਬਾਰ ਹੈ ਸਾਰੇ ਪਖਾਰੀ ਮੈਨੂੰ ਮੰਨਦੇ ਆ ਹਰ ਇੱਕ ਚੌਂਕ 'ਚ ਮੇਰੀ ਇੱਜ਼ਤ ਹੈ ਪਖਾਰੀ ਮੇਰੇ ਇੰਸਟੀਚਿਊਟ 'ਚ ਆ ਕੇ ਮੇਰੇ ਤੋਂ ਟ੍ਰੇਨਿੰਗ ਲੈ ਕੇ ਜਾਂਦੇ ਆ ਮੈਂ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਅੱਲਾ ਦੇ ਨਾਮ ਤੇ ਦੇ ਦੇ ਬਾਪਾ ਇਹ ਤੇਰੇ ਬੱਤੇ ਦੇਣਗੇ ਓਏ 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 ਮੇਰੀ ਗੱਲ ਸੁਣ ਜਿਹੜਾ ਕੰਮ ਹੈ ਬੰਦੇ ਦਾ ਕਰਮ ਹੁੰਦਾ ਹੈ ਇੱਜ਼ਤ ਬਣਦੀ ਇਹਦੇ ਨਾਲ ਇੱਜ਼ਤ ਮੇਰੀ ਫੁੱਲ ਹੈ ਜਿਹੜੇ ਮਰਜ਼ੀ ਚੌਂਕ 'ਤੇ ਜਾ ਕੇ ਪੁੱਛ ਲੈ ਦਾ ਗ੍ਰੇਟ ਪਖਾਰੀ ਦੀਪਕ ਵੱਧਣੀ ਹਾਂ ਉਹ ਵੱਧਣੀ ਹਾਂ ਦੀਪਕ ਤੇਰਾ ਨਾਮ ਦੀਪਕ ਹੈ ਹਾਂ ਉਹ ਉਹ ਤੇਰੇ ਦੋਨੇ ਅੱਖਾਂ 'ਦਿਆਂ ਲੇਟਾਂ ਤੇ ਦੇ ਨਾ ਗੁੱਲੋਈਆਂ ਪਈਆਂ ਲੱਗੀਆਂ ਆ ਕਿ ਉਹ ਤਾਂ ਉਹ ਗੱਲ ਹੋ ਗਈ ਨਾ ਪ੍ਰਕਾਸ਼ ਘਰ ਦੇ ਵਿੱਚ ਬਿਜਲੀ ਨਹੀਂ ਉਹ ਤੂੰ ਬਤਵਾ ਸੁਣਾ ਕਰ ਵਕੀਲਿਆ ਅੱਲਾਹ ਦੇ ਨਾਮ ਤੇ 100 ਰੁਪਿਆ ਦੇ ਦੇ ਬਾਬਾ ਸਵੇਰ ਦਾ ਕੁਝ ਨਹੀਂ ਕਾਦਾ ਓਏ 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 ਸ਼ਰਮੰਨ ਸ਼ਰਮੰਨ ਭੀਖ ਮੰਗ ਰਿਆ ਤੈਨੂੰ ਸ਼ਰਮ ਨਹੀਂ ਚਾਹੀਦੀ ਹੈ ਸ਼ਰਮ ਮੈਂ ਕਿਹੜਾ ਕੱਲਾ ਭੀਖ ਮੰਗ ਰਿਆ ਸਾਰੀ ਦੁਨੀਆ ਭੀਖ ਮੰਗਦੀ ਹੈ ਉਹ ਤੁਸੀਂ ਰੱਬ ਦੇ ਘਰ ਦੇ ਅੰਦਰ ਭੀਖ ਮੰਗਦੇ ਹੋ ਅਸੀਂ ਰੱਬ ਦੇ ਘਰ ਦੇ ਬਾਹਰ ਭੀਖ ਮੰਗਦੇ ਆ ਕੀ ਫਰਕ ਹੈ ਅੱਲਾਹ ਕੰਡਾਮ ਤੇ ਦੇ ਦੇ ਬਾਬਾ ਇਹ ਰਾਮ ਦੇ ਨਾਮ ਤੇ ਦੇ ਦੇ ਬਾਬਾ ਤੂੰ ਇਹ ਨਾ ਕਰੋ ਤੈਨੂੰ ਮੈਂ ਕਿਸੇ ਟਰੱਕ ਥੱਲੇ ਦੇ ਦੂੰ ਟਰੱਕ ਦੇ ਥੱਲੇ ਨਾ ਦਈ ਬੰਦਾ ਬਹੁਤ ਤੜਫਦਾ ਹੈ ਅੱਛਾ ਮੇਰੀ ਗੱਲ ਸੁਣ ਤੁਸੀਂ ਇਹ ਦੱਸੋ ਦੀਪਕ ਭਾਜੀ ਵੀ ਤੁਸੀਂ ਤਰਸ ਦੇ ਪਾਤਰ ਜਦੋਂ ਭੀਖ ਮੰਗਦੇ ਹੋ ਕਿੱਦਾਂ ਬਣ ਜਾਂਦੇ ਹੋ ਮਤਲਬ ਕਿ ਤਰਸ ਕਿਵੇਂ ਦਵਾਈ ਦਾ ਦੁਨੀਆ ਨੂੰ ਹਾਂ ਹਾਂ ਕਰਕੇ ਦਿਖਾ ਦਿਆ ਹਾਂ 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 ਅੱਲਾਹ ਦੇ ਨਾਮ ਪਕਾ ਦੇ ਮਾਈ ਅੱਛਾ ਵਾਚਾ ਦੇਗਾ ਅੱਛਾ ਦੀਪਕ ਜੀ ਮੈਨੂੰ ਇਹ ਦੱਸੋ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗ ਜਾਂਦਾ ਵੀ ਬੰਦੇ ਤੋਂ ਪੈਸੇ ਕਢਾਉਣੇ ਨੇ ਵੀ ਉਹ ਬੰਦਾ ਤੁਹਾਨੂੰ ਪੈਸੇ ਦੇਊਗਾ ਇਹ ਜਿਹੜੇ ਬੰਦੇ ਐ ਸਾਡੀ ਜਿਹੜੀ ਬੈਕਗ੍ਰਾਉਂਡ ਇੰਡਸਟਰੀ ਐ ਬੰਦਿਆਂ ਨੂੰ ਅਲੱਗ-ਅਲੱਗ ਕੈਟਾਗਰੀ ਚ ਵੰਡਿਆ ਹੋਇਆ ਅੱਛਾ ਸਭ ਤੋਂ ਪਹਿਲੀ ਕੈਟਾਗਰੀ ਹੁੰਦੀ ਐ ਗਰੁੱਪ A ਇਹ ਜਿਹੜੇ ਗਰੁੱਪ A ਚ ਬੰਦੇ ਹੁੰਦੇ ਆ ਉਹ ਹੁੰਦੇ ਆ ਜਿਹੜੇ ਆਪਣੇ ਬਾਹਰਲੇ ਆਏ ਰਿਸ਼ਤੇਦਾਰਾਂ ਨੂੰ ਕੋਈ ਅਮਰੀਕਾ ਚ ਆਇਆ ਕੋਈ ਕੈਨੇਡਾ ਚ ਆਇਆ ਉਹਨਾਂ ਨੂੰ ਬਾਹਰ ਛੱਡਣ ਜਾਂਦੇ ਆ ਕਿਸੇ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਜਾਂ ਕਿਤੇ ਵੀ ਹਾਂ 에어ਪੋਰਟ ਵੀ ਜਾਂਦੇ ਹੁੰਦੇ ਆ ਫਿਰ ਆਪਾਂ ਉਹਨਾਂ ਨੂੰ ਜਾ ਕੇ ਕਹ वाले दे दे ए गोड वाले दे दे फिर ਜਿਹੜੇ ਉਹਨਾਂ ਦੇ ਇੰਡੀਅਨ ਰਿਸ਼ਤੇਦਾਰ ਹੁੰਦੇ ਆ ਉਹਨਾਂ ਨੂੰ ਸਰਮੋ ਸਰਮੀ 100 ਜਾਂ 200 ਰੁਪਿਆ ਸਾਨੂੰ ਦੇਣਾ ਪੈਂਦਾ ਐਹੇ ਜਾ ਸਾਨੂੰ ਜਿਮ ਚ ਚਾਰ ਜਾਂ ਪੰਜ ਗਾ ਕਲੱਬ ਜੰਦੇ ਆ ਇਹਦੇ ਨਾਲ ਸਾਨੂੰ 1000 ਰੁਪਿਆ ਇੱਕ ਦਿਹਾੜੀ ਦਾ ਬਣ ਜਾਂਦਾ ਵਧੀਆ ਅੱਛਾ 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 ਫਿਰ ਆਉਂਦੀ ਐ ਗਰੁੱਪ B ਗਰੁੱਪ B ਚ ਆਉਂਦੇ ਆ ਵੀ ਜਿਹੜੇ ਦੁਨੀਆ ਤੋਂ ਸਤਾਏ ਹੋਏ ਹੁੰਦੇ ਆ ਵਿਚਾਰੇ ਆ ਕੋਰਟ ਕਚੈਰੀਆਂ ਜਿਹਾਲੇ ਸਰਕਾਰਾਂ ਤੋਂ ਤੰਗ ਹੁੰਦੇ ਆ ਉਸ ਤੋਂ ਬਾਅਦ ਫਿਰ ਉਹ ਵਿਚਾਰਾ ਤਰਸਿਆ ਤਾਂ ਹੁੰਦਾ ਹੀ ਆ ਉਹਨੂੰ ਇੱਕ ਦੋ ਪਮਾਰਦੀ ਦੀ ਆ ਇਹ ਸਰਕਾਰ ਤੇਰਾ ਖਲਾ ਕਰੇਗੀ ਤੇਰੇ ਵਿਗੜੇ ਕੰਮ ਸਵਰਣਗੇ ਕਚਹਿਰੀਆਂ ਚ ਬਾਹਰ ਆਈਂਗਾ ਫਿਰ ਉਹ ਸਾਨੂੰ 50 ਜਾਂ 100 ਰੁਪਏ ਦੇ ਦਿੰਦਾ ਇਹਦੇ ਨਾਲ ਸਾਨੂੰ ਦਿਹਾੜੀ ਦਾ 500 ਰੁਪਏ ਬੰਨ ਦਿੰਦਾ ਇਹ ਤੁਹਾਨੂੰ ਕਿੰਨੇ ਗਾਹਕ ਟੱਕਰ ਜਾਂਦੇ ਨੇ ਇਸ ਤਰ੍ਹਾਂ ਦੇ ਇਹ ਸਾਨੂੰ 4 ਜਾਂ 5 ਗਾਹਕ ਇੱਕ ਦਿਨ ਦੇ ਕਚਹਿਰੀਆਂ ਵਾਲੇ ਟੱਕਰ ਜਾਂਦੇ ਨੇ ਅੱਛਾ ਅੱਛਾ ਔਰ ਉਸ ਤੋਂ ਬਾਅਦ ਆਉਂਦੀ ਆ ਸੀ ਕੈਟਾਗਰੀ ਤੀ ਕੈਟਾਗਰੀ ਚ ਉਹ ਬੰਦੇ ਹੁੰਦੇ ਆ ਜਿਹੜੇ ਹਸਪਤਾਲਾਂ ਚ ਆਪੜੇ ਮਾਪਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਛੱਡ ਕੇ ਆਏ ਹੁੰਦੇ ਆ ਤੇ ਪੂਰਾ ਰੋਣ ਹਾਕੇ ਹੋਏ ਹੁੰਦੇ ਆ ਫਿਰ ਜਾ ਕੇ ਆਪਾਂ ਉਹਨਾਂ ਦੀ ਸਿੰਪਥੀ ਜਿਹੜੀ ਹੈ ਉਹ ਨੂੰ ਹੋਰ ਭਾਵੂ ਕਰਦੀ ਜਾ ਇਹਦੇ ਨਾਲੋਂ ਸਾਨੂੰ ਘੱਟੋ ਘੱਟ 50 ਰੁਪਏ ਤਾਂ ਦੇ ਹੀ ਦਿੰਦੇ ਆ ਉਹਨਾਂ ਨੂੰ ਜਾ ਕੇ ਉਹ ਬਚਾਰਾ ਦੁਖੀ ਹੁੰਦਾ ਅਗਲਾ ਦੁਖੀ ਹੁੰਦਾ ਉਹਨਾਂ ਨੂੰ ਜਾ ਕੇ ਕਹਿੰਦਾ ਇਹ ਤੇਰੀ ਮਾਂ ਠੀਕ ਹੋਗੀ ਤੇ ਬੱਚਾ ਬਾਪੂ ਠੀਕ ਹੋਗਾ ਇਹ ਅੱਲਾਹ ਦੇ ਨਾਮ ਤੇ ਦੇ ਦੇ ਬਾਪਾ ਫਿਰ ਉਹ ਤੁਹਾਨੂੰ ਦੇ ਦਿੰਦਾ ਹਾਂ ਫਿਰ ਸਾਨੂੰ ਪੈਸੇ ਦੇ ਜਿੰਦਾ ਇਹਦੇ ਨਾਲ ਸਾਨੂੰ ਦਿਹਾੜੀ ਦਾ 200 ਜਾਂ 300 ਰੁਪਿਆ ਵਧੀਆ ਬਣ ਜਾਂਦਾ ਹੈ ਚਾਰਜ ਆ ਪੰਜ ਗਾਹ ਵਧੀਆ ਮਿਲ ਜਾਂਦੇ ਆ ਅੱਛਾ 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 ਚੌਥੀ ਜਿਹੜੀ ਕੈਟਾਗਰੀ ਹੁੰਦੀ ਹੈ ਗਰੁੱਪ ਡੀ ਡੀ ਗਰੁੱਪ ਚ ਆਉਂਦੇ ਆ ਸਰਕਾਰੀ ਮੈਡਮਾਂ ਤੇ ਮਾਸਟਰ ਹੈ ਵੈਸੇ ਨਾ ਇਹਨਾਂ ਦਾ 10 ਤਰੀਕ ਤੋਂ ਬਾਅਦ ਮੰਦਾ ਹੀ ਚੱਲ ਪੈਂਦਾ ਕਿਉਂ ਕਿਉਂਕਿ ਇਹਨਾਂ ਦੀ ਤਨਖਾਹ ਮੋਕ ਜਿੰਦੀ ਆ 10 ਤਰੀਕ ਤੋਂ ਬਾਅਦ ਵੈਸੇ ਵੀ ਅੱਜਕੱਲ ਮਾਸਟਰਾਂ ਮੈਡਮਾਂ ਤੋਂ ਪੈਸੇ ਕਢੋਣੇ ਬਹੁਤ ਔਖੇ ਹੋਏ ਪਏ ਆ ਭਾਈ ਉਹ ਸਰਕਾਰ ਇਹਨਾਂ ਨੂੰ ਤਰਖਾ ਹਾਈ ਨਹੀਂ ਦਿੰਦੀ ਵਿਚਾਰੇ ਉੱਤੋਂ ਲਾ ਲੈਂਦੇ ਧਰਨੇ ਚੌਂਕਾ ਚ ਤੇ ਮੁੜ ਕੇ ਖਾਂਦੇ ਆ ਛੱਤਰ ਮੁੜ ਕੇ ਆਪਣੀ ਪੱਟੀਆਂ ਤੇ ਖਰਚੇ ਕਰ ਦਿੰਦੇ ਸਾਨੂੰ ਕਿੱਥੇ ਦੇਣਗੇ ਤਾਂ ਵਿਚਾਰੇ ਆਪਸਾਰੀ ਬਲੇ ਤੇ ਆ ਅੱਲਾਹ ਵਾਲੇ ਦੇਣਗੇ ਅੱਛਾ ਫਿਰ ਅਗਲੀ ਕੈਟਾਗਰੀ ਕੀ ਹੈ ਅਗਲੀ ਤੇ ਲਾਸਟ ਤੇ ਸਭ ਤੋਂ ਗੰਦੀ ਤੇ ਸਸਤੀ ਤੇ ਬੇਤੁਕੀ ਕੈਟਾਗਰੀ ਹੈ ਪੂੰਡ ਆਸ਼ਕ ਮੁੰਡੇ ਤੇ ਕੁੜੀਆਂ ਨੌਜਵਾਨ ਨੋ ਜੀ ਬਾਈ ਕਾਲਜ ਵਾਲੇ ਮੁੰਡੇ ਕੁੜੀਆਂ ਇਹ ਇਹ ਗਾਣਿਆਂ ਚ ਤਾਂ ਕਹਿੰਦੇ ਨੇ ਮੈਂ ਤੇਰੇ ਪਿੱਛੇ ਟਰੈਕਟਰ ਲੈ ਦੂੰ ਮੈਂ ਤੇਰੇ ਪਿੱਛੇ ਫਰਾਰੀ ਲੈ ਦੂੰ ਮੈਂ ਤੈਨੂੰ ਗੱਡੀ ਲੈ ਦੀ ਤੈਨੂੰ ਮੈਂ ਬੋਲਟ ਤੇ ਸੈਰ ਕਰਾ ਦੂੰ ਜੇਬ ਚ ਇਹਨਾਂ ਦੇ 5 ਰੁਪਏ ਵੀ ਨਹੀਂ ਹੁੰਦੇ ਆ ਤੇਲ ਵੀ ਮਗਮਲ ਤੇ ਤੁਰ ਫਿਰਨ ਵਿਚਾਰੇ ਹੋਰੇ ਇਹਨਾਂ ਨੂੰ ਜਾ ਕੇ ਕਹਿੰਦਾ اے ਭਾਈ ਅੱਲਾਹ ਦੇ ਨਾਮ ਤੇ ਦੇ ਦੇ ਜੇ ਤਾਂ ਬੰਦਾ ਕੱਲਾ ਬੈਠਾ ਹੋਵੇ 5 ਰੁਪਏ ਵੀ ਨਹੀਂ ਦਿੰਦਾ ਭੁੱਲ ਭਲੇ ਕਿਤੇ ਮਸ਼ੂਕ ਦੇ ਨਾਲ ਬੈਠਾ ਹੋਵੇ ਫੇਰ ਕਿਤੇ ਕੱਢ ਕੇ 10 ਰੁਪਏ ਸਾਨੂੰ ਦੇ ਦਿੰਦਾ ਫੇਰ ਅਸੀਂ ਇਹਨੂੰ ਕਹਿੰਨੇ ਆ ਓਏ ਤੇਰੀ ਜੋੜੀ ਸਲਾਮਤ ਰਹੇਗੀ ਤੇਰੇ ਦੁਕਲੇ ਵਰਗੇ ਬੱਚੇ ਹੋਣਗੇ ਤੇਰਾ ਵਿਆਹ ਵੀ ਹੋਏਗਾ ਉਦੋਂ ਮੜ ਕੇ ਵੀਰ ਕੀ ਹੋਰ ਦੇ ਦਿੰਦਾ ਇਹਨੇ ਨਾਲ ਸਾਡਾ ਸਰਕਲ ਜਾਂ ਚੱਲਿਆ ਪਿਆ ਆਪਣਾ ਵਧੀਆ ਦਿਹਾੜੀ ਦਾ ਸਾਨੂੰ ਇਹ ਪੰਜ ਕੈਟਾਗਰੀਆਂ ਚੋਂ 1500 ਜਾਂ 2000 ਕਈ ਵਾਰੀ 3000 ਵੀ ਪੈਸਾ ਆਪਾਂ ਨੂੰ ਬਣ ਜਾਂਦਾ ਔਰ ਮਹੀਨੇ ਦਾ 50000 ਸਾਡੀ ਵਧੀਆ ਇਨਕਮ ਹੈਗੀ ਹੈ 50000 50000 ਰੁਪਏ ਕਮਾ ਲੈਣੇ ਹਾਂ ਉਹ ਥੋੜਾ ਬਹੁਤ ਚੜਾਈ ਹੈ ਯਾਰ ਤੇਰੀ ਬਹੁਤ ਜ਼ਿਆਦਾ ਚੜਾਈ ਨਹੀਂ ਬਹੁਤ ਜ਼ਿਆਦਾ 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 ਚੜਾਈ ਹੈ ਸਾਡੇ ਕਈ ਭਖਾਰੀ ਤਾਂ ਗੱਡੀਆਂ ਚਾਹੁੰਦੇ ਨੇ ਕੋਈ ਮਰੂਤੀ ਚ ਮੰਗਣ ਆਉਂਦਾ ਕੋਈ ਸਵਿਫਟ ਚ ਮੰਗਣ ਆਉਂਦਾ ਕੋਈ ਲੋਗਨ ਚ ਮੰਗਣ ਆਉਂਦਾ ਬਈ ਠੀਕ ਹੈ ਤੁਹਾਡੇ ਖਰਚੇ ਕਿ ਕਿੰਨੇ ਕ ਨੇ ਖਰਚੇ ਤਾਂ ਸਾਡੇ ਕੋਈ ਵੀ ਨਹੀਂ ਖਰਚਾ ਸਾਡਾ ਕੀ ਹੋਣਾ ਨਹਾਉਣਾ ਨਹੀਂ ਧੋਣਾ ਨਹੀਂ ਖਰਚਾ ਕਿੱਥੋਂ ਹੋ ਜੀ ਆਹ ਕੱਪੜੇ ਜਿਹੜੇ ਪਾਏ ਨਾ 6 6 ਸਾਲਾਂ ਕੱਪੜੇ ਚੱਲਦੇ ਆ ਹੈ ਉਹ ਜਿੰਨੇ ਜਿਵੇਂ ਕਪੜਾ ਮੈਲਾ ਹੁੰਦਾ ਜਾਂਦਾ ਸਾਡੇ ਕੈਰੇਕਟਰ ਦੀ ਗ੍ਰੇਸ ਓਵੇਂ ਓਵੇਂ ਵੱਧਦੀ ਜਾਂਦੀ ਹੈ ਹਾਂ ਕਦੇ ਕਦਾਈ ਰੋਟੀ ਪਾਣੀ ਦਾ ਖਰਚਾ ਜਿੰਦਾ ਨਾ ਰੋਟੀ ਪਾਣੀ ਦਾ ਕਦੇ ਕਦੇ ਉਂ ਰੋਟੀ ਕਿੱਥੇ ਖਾਣਿਓ ਉਂ ਰੋਟੀ ਆਪਾਂ ਖਾ ਲਈਦੀ ਗੁਰਦੁਆਰਿਆਂ ਚ ਉਹ ਜਿਉਂਦੇ ਰਹਿਣ ਪੰਜਾਬ ਵਾਲੇ ਪੰਜਾਬ ਚ ਤਾਂ ਲੰਗਰ ਹੀ ਬੜੇ ਲੱਗਦੇ ਆ ਲੰਗਰਾਂ ਦੇ ਸੀਜ਼ਨ ਚ ਲੰਗਰ ਚ ਖਾ ਲਈਦੀ ਐ ਜੇ ਲੰਗਰ ਨਾ ਹੋਵੇ ਫਿਰ ਗੁਰਦੁਆਰੇ ਚ ਜੇ ਗੁਰਦੁਆਰੇ ਵਾਲੇ ਵੀ ਨਾ ਕਰ ਦੇਣ ਫਿਰ ਚੁੱਪ ਕਰਕੇ ਢਾਬੇ ਤੇ ਜਾਵੜੀ ਦਾ ਢਾਬੇ ਤੇ ਕੋਈ ਸੇਠ ਬੈਠਾ ਹੁੰਦਾ ਹੈ ਕੋਈ ਡਰਾਈਵਰ ਬੈਠਾ ਹੁੰਦਾ ਹੈ ਉਹਨਾਂ ਨੂੰ ਜਾ ਕੇ ਤਰਸਜੋਗ ਹਾਲਤ ਚ ਕਹੀਦਾ ਐ ਸਵੇਰ ਦਾ ਕੁਝ ਨਹੀਂ ਕਰ ਜਾ ਮਾਲਿਕ ਮੇਰੇ ਇਹ ਪੇਟ ਕਾਲੀ ਐ ਮਾਲਿਕ ਪੇਟ ਚ ਕੁਝ ਪ ਫਿਰ ਉਹ ਛਾਡੀ ਵੀ ਇੱਕ ਪਲੇਟ ਜੋਗੇ ਪੈਸੇ ਦੇ ਦਿੰਦੇ ਆ ਆਪਾਂ 40-50 ਰੁਪਏ ਕੋਲੋਂ ਰਲਾ ਕੇ ਨੌਨ ਵੇਜ ਖਾਈਦਾ ਨੌਨ ਵੇਜ ਅੱਛਾ ਮੈਨੂੰ ਦੱਸੋ ਦੀਪਕ ਜੀ ਤੁਹਾਨੂੰ ਸਭ ਤੋਂ ਵੱਧ ਪੈਸਾ ਧਾਰਮਿਕ ਸਥਾਨਾਂ ਤੋਂ ਸਕੂਲਾਂ ਕਾਲਜਾਂ ਤੋਂ ਜਾਂ ਰੇਲਵੇ ਸਟੇਸ਼ਨ ਬੱਸ ਸਟੈਂਡ ਤੋਂ ਬਣਦਾ ਜਾਂ ਕਿੱਥੋਂ ਬਣਦਾ ਸਾਨੂੰ ਸਭ ਤੋਂ ਜ਼ਿਆਦਾ ਪੈਸਾ ਬਣਦਾ ਹੈ ਠੇਕੇ ਦੇ ਨਾਲ ਜਿਹੜਾ ਹਾਤਾ ਹੁੰਦਾ ਹੈ ਹਾਤੇ ਦੇ ਅੰਦਰ ਬੈਠੇ ਸ਼ਰਾਬੀਆਂ ਤੋਂ ਅੱਛਾ ਸ਼ਰਾਬੀ ਸਾਨੂੰ ਸਭ ਤੋਂ ਜ਼ਿਆਦਾ ਪੈਸੇ ਦਿੰਦੇ ਆ ਸ਼ਰਾਬੀ ਦਾ ਸਾਡੇ ਲਈ ਰੱਬ ਦਾ avatars ਹੈ ਲਵ ਯੂ ਸ਼ਰਾਬੀਓ ਸ਼ਰਾਬੀ ਜਿਹੜੇ ਹੁੰਦੇ ਆ ਨਾ ਮੈਂ ਉਹਨਾਂ ਨੂੰ ਜਾ ਕੇ ਕਹਿੰਦਾ ਇਹ ਮਾਲਿਕ ਇਹ ਮੇਰੇ ਮਾਲਿਕ ਕੁਝ ਨਹੀਂ ਕਾਦਾ ਪਿੱਤਾ ਨਾਲੇ ਸਾਨੂੰ ਦੋ ਦੋ ਪੈਗ ਲਵਾ ਦਿੰਦੇ ਆ ਨਾਲੇ ਚਿਕਨ ਖਵਾ ਦਿੰਦੇ ਆ ਕਦੇ ਕਦੇ ਤਾਂ 500 ਰੁਪਏ ਜੀਬ ਚ ਪਾ ਕੇ ਤੋੜ ਦਿੰਦੇ ਆ ਪਰ ਮੇਰੀ ਗੱਲ ਸੁਣੋ ਉਹਨਾਂ ਦੇ ਘਰ ਦੇ ਹਾਲਾਤਾਂ ਬਾਰੇ ਤੁਹਾਨੂੰ ਪਤਾ ਹੁੰਦਾ ਸ਼ਰਾਬੀ ਦੇ ਸ਼ਰਾਬੀਆਂ ਦੀ ਪ੍ਰਾਈਵੇਟ ਲਾਈਫ ਤੋਂ ਅਸੀਂ ਕੀ ਲੈਣਾ ਇਹ ਅੱਲਾਹ ਦੇ ਨਾਮ ਤੇ ਦੇ ਦੇ ਬਾਬਾ ਰਾਮ ਦੇ ਨਾਮ ਤੇ ਦੇ ਦੇ ਬਾਬਾ ਤੁਸੀਂ ਨਾ ਦੇਸ਼ ਵਾਸਤੇ ਸ਼ਰਾਬ ਹੋ ਸ਼ਰਾਬ ਹੋ ਤੁਸੀਂ ਦੇਸ਼ ਵਾਸਤੇ ਅਸੀਂ ਸ਼ਰਾਬ ਕਿਵੇਂ ਹੋਏ ਦੇਸ਼ ਵਾਸਤੇ ਨਾ ਦੇਸ਼ ਤੇ ਨਹੀਂ ਸਾਨੂੰ ਕੀ ਦਿੱਤਾ ਤੁਸੀਂ ਲੋਕਾਂ ਨੇ ਸਾਨੂੰ ਕੀ ਦਿੱਤਾ ਹਮੇਸ਼ਾ ਦਿੱਤਕਾਰ ਆ ਹਮੇਸ਼ਾ ਦੂਰ ਭਜਾ ਦਿੰਦੇ ਹੋ ਬਸ ਬੁੱਸ ਤੇ ਚੜ ਜੀ ਤੇ ਸਾਡੇ ਤੋਂ ਦੂਰ ਭਜਦੇ ਹੋ ਨਾ ਅਸੀਂ ਦੇਸ਼ ਦਾ ਹਿੱਸਾ ਨਹੀਂ ਕੀ ਦਿੱਤਾ ਸਾਨੂੰ ਦੇਸ਼ ਨੇ ਤਾਂ ਦੇਖਣਾ ਨਹੀਂ ਨਫ਼ਰਤ ਕਿਉਂ ਕਿਉਂਕਿ ਦੇਸ਼ ਨੇ ਸਾਨੂੰ ਮੰਗਣ ਤੇ ਮਜਬੂਰ ਕਰਤਾ ਮੰਗੀ ਜਾਂਦੇ ਆ ਇਹ ਅੱਲਾਵਾ ਲੋ ਤਰ ਸਕੋ ਲੈ ਨਾ ਕਿ ਛੋੜ ਜਾ ਬ੍ਰੇਕ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸੱਚ ਦੀ ਅਦਾਲਤ ਓ ਚਿੜੀ ਚੌਂਚ ਭਰ ਲੈ ਗਈ ਓ ਨਦੀ ਨਾ ਘਟਿਓ ਨੀਰ ਓ ਦਾਨ ਦੇ ਧਨ ਨਾ ਘਟੇ ਕਹਿ ਗਏ ਭਗਤ ਕਬੀਰ ਓ ਰਾਮ ਕੇ ਨਾਮ ਤੇ ਦੇ ਦੇ ਬਾਵਾ ਓ ਚੁੱਪ ਕਰ ਜਾ ਬ੍ਰੇਤਵਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਦੇ ਮੁਜਰਮ ਹਨ ਦੀਪਕ ਬਦਨੀ ਓਏ ਤੂੰ ਕੀ ਹਰ ਇੱਕ ਨੂੰ ਮਜਰਮ ਮਜਰਮ ਕਹੀ ਜਾਂਦਾ ਹੈ ਨਾ ਜਿਹੜਾ ਬੰਦਾ ਇੱਥੇ ਆ ਜਾਏ ਤੇਰੀ ਨਿਗਾਹ ਚ ਮਜਰਮ ਹੀ ਆ ਉਹ ਓਏ ਭੀਖ ਮੰਗਣਾ ਵੀ ਤਾਂ ਇੱਕ ਜੁਰਮ ਹੈ ਮੈਂ ਕਿੰਨੀ ਵਾਰੀ ਤੈਨੂੰ ਕਹਿ ਚੁੱਕਿਆ ਅਸੀਂ ਕੱਲੇ ਭੀਖ ਨਹੀਂ ਮੰਗਦੇ ਸਾਰੀ ਦੁਨੀਆ ਭੀਖ ਮੰਗਦੀ ਹੈ ਅਸੀਂ ਤਾਂ ਉਹੀ ਬਦਨਾਮ ਹੋਏ ਫਿਰਦੇ ਆ ਓਏ ਜਿਹੜੀ ਦੁਨੀਆ ਹੈ ਨਾ ਜਿਹੜੇ ਤੁਸੀਂ ਲੋਕ ਹੋ ਤੁਸੀਂ ਧਾਰਮਿਕ ਸਥਾਨਾਂ ਦੇ ਅੰਦਰ ਜਾ ਕੇ ਭੀਖ ਮੰਗਦੇ ਹੋ ਆ ਥੋੜੇ ਵੱਡੇ ਵੱਡੇ ਨੇਤਾ ਵੋਟਾਂ ਦੀ ਭੀਖ ਮੰਗਦੇ ਆ ਹੈ ਜਿਹੜੇ ਥੋੜੇ ਵੱਡੇ ਵੱਡੇ ਬਿਜ਼ਨਸਮੈਨ ਹੈ ਇਹ ਹੋਰ ਤਰੱਕੀ ਦੀ ਭੀਖ ਮੰਗਦੇ ਆ ਠੀਕ ਦੀ ਗੱਲ ਕਰਦਾ ਅੱਛਾ ਮੈਨੂੰ ਦੱਸੋ ਬੱਟੀ ਬੋਏ ਵੀ ਤੁਸੀਂ ਕੋਈ ਭੀਖ ਦੀ ਟ੍ਰੇਨਿੰਗ ਲਈ ਭੀਖ ਮੰਗਣ ਦੀ ਮੈਂ ਅੱਜ ਤੱਕ ਕੋਈ ਟ੍ਰੇਨਿੰਗ ਲਈ ਨਹੀਂ ਹਾਂ ਬਹੁਤ ਭਖਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਰੂਰ ਹੈ ਮੈਂ ਅੱਜ ਤੱਕ ਕੋਈ ਟ੍ਰੇਨਿੰਗ ਨਹੀਂ ਲਈ ਮੇਰਾ ਇਹ ਸਾਰਾ ਪ੍ਰੈਕਟੀਕਲ ਕੰਮ ਹੈ ਉਹ ਕਹਿੰਦੇ ਹੁੰਦੇ ਨਾ ਜਿਹੜੀ ਅਗਲਾ ਵਿਦਾਮ ਖਾਨ ਨਾਲ ਨਹੀਂ ਧੱਕੇ ਖਾਨ ਨਾਲ ਹੁੰਦੀ ਹੈ ਜਿਵੇਂ ਜਿਵੇਂ ਮੈਂ ਧੱਕੇ ਖਾਦੇ ਮੇਰਾ ਇੰਡਸਟਰੀ ਚ ਪੈਰ ਟਿਕਦਾ ਗਿਆ ਮੈਂ ਅੱਜ ਦੀਪਕ ਬਦਨੀ ਭਖਾਰੀ ਬਣ ਗਿਆ ਇਹ ਅੱਲਾਹ ਦੇ ਨਾਮ ਤੇ ਦੇ ਦੇ ਬਾ ਬਾ ਅੱਛਾ ਮੈਨੂੰ ਇਹ ਦੱਸੋ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਚੰਗਾ ਮਾੜਾ ਵੀ ਇਹ ਭੀਖ ਦੇਊਗਾ ਜੀ ਦੇਖੋ ਸਾਡੇ ਲਈ ਕੋਈ ਚੰਗਾ ਨਹੀਂ ਹੁੰਦਾ ਕੋਈ ਮਾੜਾ ਨਹੀਂ ਹੁੰਦਾ ਸਾਡੇ ਲਈ ਤਾਂ ਸਾਰੇ ਬਰਾਬਰ ਹੈ ਸਾਨੂੰ ਸਿਰਫ ਭੀ ਮੰਗਣ ਤੱਕ ਮਤਲਬ ਹੈ اے ਰਾਮਬਾਲੂ ਅੱਲਾਵਾ ਤੂੰ ਮੈਂ ਚਾੜਾ ਬਰੂ ਤੂੰ ਜਰਾ ਇਹ ਨਾ ਕਰ ਜਾ ਜਦ ਮੈਂ ਸਵਾਲ ਪੁੱਛੇ ਤਾਂ ਜਵਾਬ ਦੇ ਅੱਛਾ ਮੈਨੂੰ ਇਹ ਦੱਸਾਂ ਜਿਹੜੀ ਜੀ ਦੁਆਵਾਂ ਦਿੰਨੇ ਹੋ ਕੀ ਇਹ ਸੱਚੇ ਮਨੋਂ ਦਿੰਨੇ ਹੋ ਉਹ ਕਿੰਨੇ ਕ ਨੂੰ ਸੱਚੇ ਮਨੋਂ ਦੁਆਵਾਂ ਦੇਈ ਜਾਈਏ ਸਾਨੂੰ ਤਾਂ ਪੈਸੇ ਕਢਾਉਣ ਥਾਈ ਮਤਲਬ ਹੁੰਦਾ ਜਦੋਂ ਇੱਕ ਵਾਰੀ ਅਗਲਾ ਪੈਸੇ ਦੇ ਦਿੰਦਾ ਨਾਲ ਦੀ ਨਾਲ ਅਗਲੇ ਗਾਹ ਕੋਲੇ ਜਾਵੜੀ ਦਾ ਇਹ ਅੱਲਾਹ ਨਾਮ ਤੇ ਦੇ ਰਵੇਂ ਮੈਂ ਮੈਂ ਇਹ ਰੇ ਰੇ ਬੱਤੀ ਖੁਸ਼ ਨਾ ਅੱਛਾ ਮੇਰੀ ਗੱਲ ਸੁਣੋ ਤੁਸੀਂ ਦੁਆ ਦਿੰਨੇ ਹੋ ਉਹ ਤਾਂ ਸਮਝ ਆ ਜਾਂਦੀ ਆ ਉਸ ਤੋਂ ਬਾਅਦ ਉਹ ਸਮਝ ਨਹੀਂ ਆਉਂਦਾ ਕੀ ਹੁੰਦਾ ਇਹ ਸਾਡੇ ਭਿਖਾਰੀਆਂ ਦੇ ਕੋਡਵਰਡ ਹੁੰਦੇ ਨੇ ਜੀ ਹੁਣ ਦੇਖੋ ਜਿਹੜਾ ਤਾਂ ਭੀਖ ਦੇ ਦਿੰਦਾ ਉਹਨੂੰ ਅਸੀਂ ਕਹਿੰਨੇ ਆ ਉਹ ਰਾਮ ਭੱਲੀ ਕਰਨਗੇ ਅੱਲਾ ਭੱਲੀ ਕਰਨਗੇ ਮੋਲਾ ਭੱਲੀ ਕਰਨਗੇ ਤੇ ਜਿਹੜਾ ਭੀਖ ਨਹੀਂ ਦਿੰਦਾ ਉਹਨੂੰ ਫਿਰ ਕਹਿ ਦੇ ਦਿਆ ਤਰੀਪਾ ਹੈ ਸਮਝ ਨਹੀਂ ਦੱਸੋ ਦੀਪਕ ਜੀ ਤੁਹਾਡੇ ਭਿਖਾਰੀਆਂ ਦੇ ਵੀ ਆਪਣੇ ਏਰੀਏ ਹੁੰਦੇ ਨੇ ਹਾਂ ਸਾਡੇ ਭਿਖਾਰੀਆਂ ਦੇ ਆਪੋ ਆਪਣੇ ਏਰੀਏ ਬੰਡੇ ਹੋਏ ਆ ਜੀ ਹੈ ਜਿਹੜੇ ਵੱਡੇ ਭਿਖਾਰੀ ਹੁੰਦੇ ਆ ਉਹ ਤਾਂ ਜਾਂਦੇ ਕੋਟਾਂ ਚ ਕਚੈਰੀਆਂ ਚ ਹਸਪਤਾਲਾਂ ਚ ਤੇ ਜਿਹੜੇ ਨਿੱਕੇ ਲੈਵਲ ਦੇ ਭਿਖਾਰੀ ਹੁੰਦੇ ਆ ਉਹ ਬੱਸ ਅਜ ਮਾੜਾ ਮੋਟਾ ਮੰਗਦੇ ਮੰਗਦੇ ਫਿਰਦੇ ਹੁੰਦੇ ਆ ਕਿਉਂ ਦੇਖੋ ਜੀ ਅੱਜ ਕੱਲ ਜਿਹੜੇ ਭਿਖਾਰੀ ਨੇ ਉਹਨਾਂ ਦੇ ਗੁੰਡਾ ਗਰੁੱਪਸ ਬਣ ਚੁੱਕੇ ਨੇ ਗੁੰਡਿਆਂ ਦੇ ਗੈਂਗ ਹੁੰਦੇ ਆ ਜਿਹੜੇ ਪਖਾਰੇ ਨੂੰ ਆਪ ਦੇ ਅੰਡਰ ਕੰਮ ਕਰਾਉਂਦੇ ਆ ਉਹਨਾਂ ਨੂੰ ਤਨਖਾਹ ਦਿੰਦੇ ਆ ਤੇ ਪੈਸੇ ਉਹਨਾਂ ਤੋਂ ਵੱਧ ਲੈਂਦੇ ਆ ਮੈਂ ਸਮਝਿਆ ਨਹੀਂ ਸਮਝੋਗੇ ਕਿਵੇਂ ਤੁਸੀਂ ਕਿਹੜਾ ਪਖਾਰੀ ਹੋ ਉਹ ਪਹਿਲਾਂ ਪ੍ਰੈਕਟੀਕਲ ਕਰਨਾ ਪੈਂਦਾ ਹੈ ਜਿਹੜੇ ਗੁੰਡਾ ਗਰੁੱਪਸ ਨੇ ਉਹ ਜਵਾਕਾਂ ਨੂੰ ਫੜਦੇ ਆ ਕਿਸੇ ਦੀ ਬਾਹ ਵੜ ਦਿੰਦੇ ਆ ਕਿਸੇ ਦੀ ਲੱਤ ਵੜ ਦਿੰਦੇ ਆ ਕਿਸੇ ਦਾ ਕੰਨ ਲਾ ਦਿੰਦੇ ਆ ਇਸ ਦਾ ਨਕਲਰ ਨੇ ਉਹਨਾਂ ਨੂੰ ਲੂਲੇ ਲੰਗੜੇ ਕਰਕੇ ਆਪਾਹਜ ਕਰਕੇ ਮੁੜ ਕੇ ਉਹਨਾਂ ਨੂੰ ਗੱਡੀਆਂ ਚ ਫਿੱਟ ਫਿੱਟ ਕਰਕੇ ਆਪੋ ਆਪਣੀਆਂ ਥਾਵਾਂ ਤੇ ਛੱਡ ਦਿੰਦੇ ਆ ਲੋਕ ਉਹਨਾਂ ਤੇ ਤਰਸ ਕਰਦੇ ਆ ਵੀ ਲੰਗੜਾ ਵਿਚਾਰਾ ਟੁੰਡਾ ਵਿਚਾਰਾ ਕਾਣਾ ਉਹਨਾਂ ਨੂੰ ਪੈਸੇ ਦਿੰਦੇ ਆ ਤੇ ਮੁੜ ਕੇ ਆਥਨ ਨੂੰ ਉਹ ਫੇਰ ਗੱਡੀ ਲਿਉਂਦੇ ਆ ਉਹਨਾਂ ਨੂੰ ਇਕੱਠੇ ਕਰਕੇ ਆਪਣੀ ਥਾਂ ਤੇ ਲੈ ਜਾਂਦੇ ਆ ਮੁੜ ਕੇ ਉਹਨਾਂ ਤੋਂ ਕਲੈਕਸ਼ਨ ਕਰ ਲੈਂਦੇ ਆ ਇੱਕ ਇੱਕ ਦਿਨ ਦਾ ਲੱਖ ਲੱਖ ਰੁਪਈਆ ਵੀ ਗੁੰਡਾ ਗਰੁੱਪ ਨੂੰ ਬਣ ਦਿੰਦਾ ਕਮਾਲ ਆ ਯਾਰ ਯਾਰ ਭੀਖ ਮੰਗਣ ਚਾ ਇੰਨਾ ਪੈਸਾ ਭੀਖ ਮੰਗਣ ਚਦਾ ਬਹੁਤ ਪੈਸਾ ਮੈਂ ਤਾਂ ਕਹਿੰਦਾ ਤੁਸੀਂ ਵੀ ਲਾਓ ਕਾਲਾ ਜਾ ਕੋਟ ਆਓ ਰੱਖੋ ਮੇਰੇ ਮੋਢੇ ਤੇ ਹੱਥ ਤੇ ਚੱਲੀ ਆਪਾਂ ਹੋਤੀ ਵੀ ਦੋਸਤੀ ਨੇਰਾ ਪਿਆਰ ਹੋ ਗਿਆ ਪਰ ਮੈਂ ਸੱਚ ਦੱਸਾਂ ਜਿਹੜੇ ਭੀਖ ਮੰਗਦੇ ਆ ਨਾ ਉਹ ਕਦੇ ਭੁੱਖੇ ਨਹੀਂ ਮਰਦੇ ਬਸ ਜੇ ਪੁਲਿਸ ਵਾਲੇ ਸਾਡੇ ਤੋਂ ਹੱਕ ਜਾਂ ਨਾ ਲੈਣ ਆਪਣਾ ਹਿੱਸਾ ਉਸ ਵਾਲੇ ਹਿੱਸਾ ਲੈ ਲੈ ਤੁਹਾਡੇ ਤੋਂ ਤੇਰਾ ਦਿਮਾਗ ਖਰਾਬ ਹੈ ਯਾਰ ਪੁਲਿਸ ਵਾਲੇ ਕੀ ਤੋਂ ਹੈ ਕਮੀ ਮੰਦੇ ਬੋਲਸ ਵਾਲੇ ਦਾ ਸਾਰੇ ਤੋਂ ਹਿੱਸਾ ਲੈਂਦੇ ਆ ਸਾਡੇ ਕੋਲੇ ਆ ਜਾਂਦੇ ਆ ਕਹਿੰਦੇ ਨਹੀਂ ਤੁਹਾਨੂੰ ਅੰਦਰ ਤਾੜਾਂਗੇ ਬਈ ਐਂ ਕਹਿ ਕੇ ਪਬਲਿਕ ਪਲੇਸ ਨੂੰ ਖਰਾਬ ਕਰਦੇ ਆ ਇਹ ਸਾਡੋ ਸਾਨੂੰ ਹਿੱਸਾ ਦੇਣਾ ਪੈਂਦਾ ਭਰਾਵਾ ਗਰੀਬ ਬੰਦੇ ਆ ਹੈ ਉਹ ਵੈਸੇ ਵੀ ਸੱਚ ਦੱਸਾਂ ਇਸੇ ਕਰਕੇ ਮੈਂ ਆਪਣੀ ਭੀਖ ਮੰਗਣ ਦੇ ਕਰਮ ਨੂੰ ਹੱਕ ਸੱਚ ਦਾ ਕਰਮ ਕਹਿੰਨਾ ਹੈ ਹਾਂ ਹੱਕ ਸੱਚ ਦਾ ਕਰਮ ਔਰ ਭੀਖ ਮੰਗਣਾ ਹਾਂ ਇਹ ਤੇ ਗਲਤ ਕੀ ਹੈ ਅਸੀਂ ਕਿਹੜਾ ਕਿਸੇ ਤੇ ਕੋਈ ਡਕੈਤੀ ਮਾਰਨੇ ਆ ਉਹ ਡਕੈਤੀ ਮਾਰ ਲਾ ਦੀ ਘਟਿਆ ਕੰਮ ਹੈ ਐ ਨਹੀਂ ਕਿਸੇ ਅੱਗੇ ਹੱਥ ਫੜ ਲੈ ਜਣੇ ਇਹਨਾਂ ਦੇ ਨਾਂ ਤੇ ਵੀ ਨਹੀਂ ਜੇ ਜੇ ਬੈਠਦਾ ਹੈ ਤੁਸੀਂ ਲੋਕ ਤੁਸੀਂ ਲੋਕ ਕਿਸੇ ਤੋਂ ਕੁਝ ਨਹੀਂ ਮੰਗਦੇ ਤੁਸੀਂ ਲੋਕ ਇਹਦੇ ਹੱਥ ਨਹੀਂ ਟੜਦੇ ਤੁਸੀਂ ਲੋਕ ਰੱਬ ਦੇ ਘਰਾਂ 'ਚ ਜਾ ਕੇ ਕਹਿੰਦੇ ਆ ਸਾਨੂੰ ਕੋਠੀਆਂ ਦੇ ਦੇ ਸਾਨੂੰ ਕਾਰਾਂ ਦੇ ਦੇ ਸਾਨੂੰ ਤਰੱਕੀ ਦੇ ਦੇ ਹੈ ਤੁਹਾਡੇ ਇਹ ਜਿਹੜੇ ਪੁਲਿਸ ਇਹ ਨਾਕਾ ਲਾ ਲੈਂਦੇ ਆ ਮੁੜ ਕੇ ਆਮ ਲੋਕਾਂ ਨੂੰ ਕਹਿੰਦੇ ਆ ਸਾਨੂੰ ਰਿਸ਼ਵਤ ਦੇ ਦੇ ਸਾਨੂੰ ਚਾਹ ਪਾਣੀ ਦੇ ਦੇ ਹੈ ਆ ਜਿਹੜੇ ਵੱਡੇ ਵੱਡੇ ਅਫਸਰ ਆਓ ਫਿਸ਼ਾਂ 'ਚ ਬੈਠੇ ਨੇ ਉਹ ਆਮ ਲੋਕਾਂ ਨੂੰ ਕਹਿੰਦੇ ਆ ਸਾਨੂੰ ਰਿਸ਼ਵਤ ਦੇ ਦੇ ਸਾਨੂੰ ਚਾਹ ਪਾਣੀ ਦੇ ਦੇ ਆ ਤੁਹਾਡੇ ਲੀਡਰ ਲੋਗ ਹੈ ਜਿਹੜੇ ਸਟੇਜਾਂ ਤੇ ਭਾਸ਼ਣ ਦਿੰਦੇ ਆ ਵੱਡੇ ਵੱਡੇ ਇਹ ਆਮ ਬੰਦੇ ਕੋਲੇ ਜਾ ਕੇ ਕੀ ਕਹਿੰਦੇ ਆ ਸਾਨੂੰ ਵੋਟ ਦੇ ਦੇ ਤੁਸੀਂ ਹੱਥ ਨਹੀਂ ਫਲਾਉਂਦੇ ਹੈਂ ਇਹ ਤਾਂ ਅਸੀਂ ਬਦਨਾਮ ਕੀਤੇ ਹੋਏ ਆ ਅਸੀਂ ਤਾਂ ਸਿੱਧੇ ਲਫ਼ਜ਼ਾਂ ਚ ਕਹਿੰਨੇ ਆ ਵੀ ਅਸੀਂ ਤਾਂ ਹੱਥ ਹੱਤ ਫਿਲਾ ਕੇ ਕਮਾਈ ਮੰਗਦੇ ਆ ਇਹ ਸਾਡੀ ਹੱਕ ਸੱਚ ਦੀ ਕਮਾਈ ਐ ਨਾਲੇ ਮੇਰੀ ਗੱਲ ਸੁਣ ਅਸੀਂ ਤਾਂ ਲੋਕਾਂ ਤੇ ਇਥੋਂ ਦੇ ਸਿਸਟਮ ਦੇ ਸਤਾਏ ਹੋਏ ਲੋਕ ਐ ਹੈ ਅਸੀਂ ਤੁਸੀਂ ਲੋਕ ਸਾਨੂੰ ਜਦੋਂ ਤੁਹਾਡੇ ਕੋਲੇ ਭੀਖ ਮੰਗਣ ਆਉਨੇ ਆ ਦਤਕਾਰਦੇ ਹੋ ਐ ਫਿੱਟੇ ਮੂੰਹ ਕਹਿ ਦਿੰਨੇ ਹੋ ਜਾਂ ਦਫਾ ਹੋ ਜਾ ਕਹਿ ਦਿੰਨਾ ਕਦੇ ਕਦੇ ਤਾਂ ਗੰਦੀਆਂ ਗਾਲਾਂ ਵੀ ਕੱਢਦੇ ਆ ਜਿਹੜਾ ਕੋਈ ਬੰਦਾ ਸੁਣ ਨਹੀਂ ਸਕਦਾ ਪਰ ਅਸੀਂ ਠੰਡੇ ਮਤੇ ਨਾਲ ਤੁਸੀਂ ਗਾਲਾਂ ਕੱਢਦੇ ਹੋ ਚੁੱਪ ਕਰਕੇ ਹੋਰ ਗਾਹ ਕੋਲੇ ਜਾਵੜੀ ਦਾ ਉਹਨਾਂ ਨੂੰ ਜਾ ਕੇ ਕਹਿੰਦੇ ਆ ਰਾਮ ਤੇ ਨਾਮ ਤੇ ਕੁਝ ਦੇ ਦੇ 바ਵਾ ਹੈ ਤੁਸੀਂ ਸਾਨੂੰ ਬਿਲਕੁਲ ਭਾਂਡਾ ਸਮਝਿਆ ਹੋਇਆ ਭਾਂਡਾ ਇਸ ਕਰਕੇ ਹੀ ਸਾਡੇ ਨਸੀਬ ਖੋਟੇ ਨੇ ਨਸੀਬਾਂ ਵਾਲਿਓ ਮੰਨਿਆ ਨਸੀਬ ਖੋਟੇ ਨੇ ਪਰ ਨਸੀਬ ਮਿਹਨਤ ਨਾਲ ਬਦਲੇ ਵੀ ਜਾ ਸਕਦੇ ਨੇ ਭਾਈ ਸਾਹਿਬ ਮੈਂ ਤਾਂ ਰੱਬ ਵੀ ਬਦਲ ਕੇ ਵੇਖ ਲਿਆ ਪਰ ਇਹ ਨਸੀਬ ਨਸੂਬ ਨਹੀਂ ਬਦਲੇ ਮੇਰੇ ਹੋਏ ਉਹ ਤਾਂ ਪੱਥਰਾਂ 'ਚ ਕੀੜਿਆਂ ਨੂੰ ਵੀ ਦਿੰਦਾ ਤੂੰ ਕਿਹੜਾ ਕਿਸੇ ਕੀੜੇ ਦਾ ਪਿਓ ਮਾਰਤਾ ਮੇਰੀ ਗੱਲ ਸੁਣ ਜੇ ਤੇਰਾ ਰੱਬ ਪੱਥਰਾਂ 'ਚ ਕੀੜਿਆਂ ਨੂੰ ਵੀ ਦਿੰਦਾ ਹੈ ਤੇ ਫਿਰ ਜਿਹੜੇ ਫੁੱਟਪਾਥ ਤੇ ਕਰੋੜਾਂ ਲੋਕ ਬੈਠਦੇ ਨੇ ਰਾਤ ਨੂੰ ਭੁੱਖੇ ਸੌਂਦੇ ਨੇ ਉਹਨਾਂ ਨੂੰ ਕਿਉਂ ਨਹੀਂ ਦਿੰਦਾ ਕਦੋਂ ਜਾਂਦਾ ਕਿੱਥੇ ਜਾਂਦਾ ਉਸ ਵੇਲੇ ਤੁਹਾਡਾ ਰੱਬ ਓਏ ਰੱਬ ਜਿਹੜਾ ਹੈ ਅਮੀਰ ਲੋਕਾਂ ਦੀ ਹੀ ਸੁਣਦਾ ਹੈ ਸਾਡੇ ਗਰੀਬਾਂ ਵੱਲੀ ਝਾਤੀ ਨਹੀਂ ਮਾਰਦਾ ਤੁਹਾਡਾ ਰੱਬ ਪਰ ਗੱਲ ਸੁਣਾ ਪੀਖ ਮੰਗਣਾ ਬਹੁਤ ਵੱਡੀ ਬੇਇੱਜ਼ਤੀ ਹੈ ਯਾਰ ਕਮਾਲ ਵਕੀਲ ਸਾਹਿਬ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਕਿਉਂ ਮੈਂ ਤੁਹਾਡਾ ਇਹ ਨਾਟਕ ਜਾਂ ਰੋਜ਼ ਵੇਖਦਾ ਹਾਂ ਤੁਸੀਂ ਆਪ ਤਾਂ ਕਹਿੰਦੇ ਹੋ ਇੱਜ਼ਤ ਦਾ ਕੀ ਹੈ ਘਟਦੀ ਵਾਦੀ ਰਹਿੰਦੀ ਹੈ ਹੋ ਰਾਮ ਵਾਲੇ ਦੇਣਗੇ ਅੱਲਾਹ ਵਾਲੇ ਦੇਣਗੇ ਓਏ ਪਖਾਰੀਆ ਓਏ ਪਖਾਰੀਆ ਓਏ ਸ਼ਰਮ ਕਰ ਕੋ ਸ਼ਰਮ ਆ ਦੇਖ ਲੈ ਇੱਕ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਬਣ ਗਿਆ ਪੂਰੀ ਦੁਨੀਆ 'ਚ ਘੁੰਮਦਾ ਫਿਰਦਾ ਪੂਰੀ ਦੁਨੀਆ 'ਚ ਓਨੂੰ ਤਾਂ ਘੁੰਮਣ ਦਾ ਸ਼ੌਂਕ ਹੈ ਨਾ ਜੇ ਤੂੰ ਪ੍ਰਧਾਨ ਮੰਤਰੀ ਬਣ ਗਿਆ ਤੂੰ ਕਿਹੜਾ ਘਰੇ ਬੈਠੇਗਾ ਓਏ ਮੈਂ ਤੁਹਾਨੂੰ ਸਹੀ ਦੱਸਾਂ ਤੁਸੀਂ ਨਾ ਦੇਸ਼ ਬਾਰੇ ਮਾੜਾ ਮੋਟਾ ਸੋਚ ਲਓ ਓਏ ਦੇਸ਼ ਬਾਰੇ ਅੱਜ ਕੱਲ੍ਹ ਕੌਣ ਸੋਚਦਾ ਹੈ ਨਾਲੇ ਮੇਰੀ ਗੱਲ ਸੁਣ ਲੈ ਆ ਚਰਖੇ ਚਲਾ ਕੇ ਜਾਦੀ ਨਹੀਂ ਮਿਲੀ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਤਾਂ ਕਰਕੇ ਮੁਲਕਾ ਜਾਦ ਹੋਇਆ ਗੱਲ ਤਾਂ ਤੇਰੀ ਸਹੀ ਆ ਵਕੀਲਿਆ ਹੈ ਜਿਹੜੇ ਅੱਜ ਕੱਲ ਦੇ ਲੀਡਰ ਨੇ ਉਹ ਆਪਣਾ ਹੀ ਬੱਬਰ ਭਰੀ ਜਾਂਦੇ ਨੇ ਇਹਨਾਂ ਦੀਆਂ ਫੈਕਟਰੀਆਂ ਦਿਨੋ ਦਿਨ ਵਧਦੀਆਂ ਜਾਂਦੀਆਂ ਇਹਨਾਂ ਦੇ ਪੈਸੇ ਦਿਨੋ ਦਿਨ ਵਧਦੇ ਜਾਂਦੇ ਆ ਤੇ ਮੁਲਕ ਮੁਲਕ ਦਿਨੋ ਦਿਨ ਕੰਗਾਲ ਕਰਤਾ ਇਹਨਾਂ ਨੇ ਉਹ ਜੇ ਇਹੀ ਹਾਲਾਤ ਰਹੇ ਨਾ ਇੱਕ ਦਿਨ ਸਾਰਾ ਮੁਲਕ ਫਖਾਰੀ ਬਣੂਗਾ ਮੇਰੇ ਵਾਂਗੂ ਉਹ ਰਾਮ ਵਾਲੇ ਦੇਣਗੇ ਅੱਲਾਹ ਵਾਲੇ ਦੇਣਗੇ ਇਹ ਕਹਿਣਾ ਹੈ ਲੁੱਟ ਲੁੱਟ ਕੇ ਖਾ ਗਏ ਨੇ ਮੁਲਕ ਨੂੰ ਲੁੱਟੋ ਲੁੱਟੋ ਲੁੱਟਣ ਦੇ ਬੰਨੀਓ ਪਈ ਦੁਨੀਆ ਪਾਵੇਂ ਕੋਈ ਵੀ ਪੇਸ ਬਣਾ ਕੇ ਲੁੱਟੋ ਸਸਤਾ ਮਿਲੇ ਦੁਕਾਨ ਤੋਂ ਜਿੰਨਾ ਮਰਜੀ ਚਿੱਟੇ ਸੂਟ ਨੂੰ ਖਦਰ ਨੂੰ ਪਾ ਕੇ ਲੁੱਟੋ ਨਹਿਰੂ ਟੋਪੀ ਨਾਲ ਲੁੱਟਣਾ ਹੋਰ ਸੌਖਾ ਤਿਲਕ ਮੱਥੇ ਦੇ ਉੱਤੇ ਲਗਾ ਕੇ ਲੁੱਟੋ ਕੇ ਰਾਖ ਦਿਓ ਪੰਥ ਨੂੰ ਹੈ ਖਤਰਾ ਭੋਲੇ ਲੋਕਾਂ ਤੋਂ ਵੋਟਾਂ ਪਵਾ ਕੇ ਲੁੱਟੋ ਰਾਮ ਮੰਦਰ ਉਸਾਰੀ ਦਾ ਪੱਜ ਲਾ ਕੇ ਘੱਟ ਗਿਣਤੀ ਦੀਆਂ ਮੱਜਾਂ ਢਾ ਕੇ ਲੁੱਟੋ ਪੁੱਤਾਂ ਮੇਰੇ ਆ ਬਣਾ ਦਾਂਗੇ ਅੱਤਵਾਦੀ ਡਰੇ ਲੋਕਾਂ ਨੂੰ ਹੋਰ ਡਰਾ ਕੇ ਲੁੱਟੋ ਡਰੇ ਲੋਕਾਂ ਨੂੰ ਹੋਰ ਡਰਾ ਕੇ ਲੁੱਟੋ ਵਾਹ ਓਏ ਵਾਹ ਓਏ ਤੈਨੂੰ ਤਾਂ ਆਪ ਨੂੰ ਕਈ ਮਨਿਸਟਰ ਬਣਾਣਾ ਚਾਹੀਦਾ ਓਏ ਗੱਲ ਲਾ ਕੱਢੀ ਓਏ ਇੱਕ ਵਾਰੀ ਮੈਂ ਲੰਘਾ ਜਾਮਾ ਮੈਂ ਇੱਕ ਗਦੇ ਨੂੰ ਪੁੱਛ ਬੈਠਾ ਕਿ ਕਿਉਂ ਭਾਈ ਅੱਛੇ ਹੋ ਕਹਿੰਦਾ ਇਟੋ ਸੇ ਲਦਾ ਪੜਾ ਹੂੰ ਕਿਹਾ ਅੱਛਾ ਹੂੰ ਮਖਾ ਕਿਸੇ ਸੂਬੇ ਦਾ ਮਨਿਸਟਰ ਬਣਾਵਾ ਕਹਿੰਦਾ ਇਸੇ ਤੋਂ ਮੈਂ ਗਦਾ ਹੀ ਅੱਛਾ ਹੂੰ ਨਹੀਂ ਅਫਸੋਸ ਲੱਗਤੀ ਮੇਰੇ ਪਰ ਜੇ ਇੱਟੇ ਮੈਂ ਕਹੇ ਨਹੀਂ ਤਾਂ ਸਸਤੇ ਦਾਮ ਆਤਾ ਹੂੰ ਅਰੇ ਬੰਗਲੋ ਮੇ ਪੜੇ ਰਹਤੇ ਹੈ ਭਾਰਤ ਕੇ ਵਜ਼ੀਰ मैं गधा होके भी देश के काम आता हूँ गधा होके भी देश के काम आता हूँ वाह वाह तेरी तो सोच बहुत बढ़िया और राम तुझको देगा अल्लाह तुझको देगा चल ठीक है अल्लाह देगा ऐस कटेरे चल आजो आजो हो पग पग, पग गीत जलाए मेरी दोस्ती मेरा प्यार मेरी दोस्ती मेरा प्यार ऐसे आ हाम नॉट ए ब्लाइंड गाय। हाइम पोस्ट ग्रेजुएट। ਮੈਂ ਆਪਦੀ ਮਰਜ਼ੀ ਨਾਲ ਪਖਾਰੀ ਨਹੀਂ ਬਣਿਆ। ਮੈਨੂੰ ਪਖਾਰੀ ਬਣਾਇਆ ਇਸ ਦੇਸ਼ ਦੇ ਹਾਲਾਤ ਨੇ। ਇੰਗਲਿਸ਼ ਦੀ ਮਾਸਟਰ ਕਰਨ ਤੋਂ ਬਾਅਦ ਥਾ 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 ਨੌਕਰੀਆਂ ਦੇ ਤਖੇ ਖਾਦੇ। ਸਰਕਾਰੀ ਨੌਕਰੀ ਦਾ ਦੂਰ ਦੀ ਗੱਲ ਹੈ ਕੋਈ ਪ੍ਰਾਈਵੇਟ ਨੌਕਰੀ ਵੀ ਨਹੀਂ ਮਿਲਦੀ। ਜੇ ਨੌਕਰੀ ਮਿਲਦੀ ਹੈ ਤਾਂ 7-8000 ਰੁਪਏ 'ਚ ਦੱਸੋ ਗੁਜ਼ਾਰਾ ਹੁੰਦਾ 7-8000 ਰੁਪਏ 'ਚ ਅੱਜ ਦੀ ਮਹਿੰਗਾਈ 'ਚ। ਲੋਕ ਜਿਹੜੇ ਨੇ ਸਟੂਡੈਂਟ ਜਿਹੜੇ ਨੇ ਵਿਦਿਆਰਥੀ ਨੇ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ ਔਰ ਜਿਹੜੇ ਮੰਤਰੀਆਂ ਦੇ ਜਵਾਕ ਨੇ ਉਹ ਜੰਮ ਦੀ ਮੰਤਰੀ ਨੇ ਕਿਉਂ ਕਿਉਂ ਸਾਡੇ ਨਾਲ ਇਦਾਂ ਦਾ ਵਿਤਕਰਾ ਹੁੰਦਾ ਅਸੀਂ ਸੜਕਾਂ ਤੇ ਧੱਕੇ ਖਾਨੇ ਆ ਨੌਕਰੀਆਂ ਲਈ ਡਾਂਗਾ ਖਾਨੇ ਆ ਲਾਠੀਆਂ ਖਾਨੇ ਆ ਪਰ ਫਿਰ ਵੀ ਨੌਕਰੀ ਨਹੀਂ ਮਿਲਦੀ ਫਿਰ ਕੀ ਕਰ ਸਕਦੇ ਆ ਸਟੂਡੈਂਟਸ ਆਰ ਫੇਸਿੰਗ ਅ ਲੋਟਸ ਆਫ ਪ੍ਰੋਬਲਮ ਇਨ ਦਿਸ ਕੰਟਰੀ ਦਨ ਬਟ ਕੈਨ ਵੀ ਡੂ ਸਿਰਫੇਸ ਤੋਂ ਬਿਨਾ ਅੱਲਾ ਵਾਹ ਲੋ ਰਾਮ ਵਾਹ ਜਿਸ ਮੁਲਕ ਦੇ ਵਿੱਚ ਪੜੇ ਲਿਖੇ ਬੇਰੋਜ਼ਗਾਰ ਹੋਣ ਤੇ ਅਨਪੜ ਲੀਡਰ ਉਹ ਮੁਲਕ ਉਹ ਮੁਲਕ ਕਿਵੇਂ ਤਰੱਕੀ ਦੀ ਰਾਹ ਤੇ ਜਾ ਸਕਦਾ ਹੈ ਲਿਖੋ ਆਪਣਾ ਫੈਸਲਾ ਸਾਡਾ ਈਮੇਲ ਪਤਾ ਹੈ sda@channelpunjabi.co ਦੂਸਰੀ ਈਮੇਲ ਹੈ sda@globalpunjabtv.com ਮਿਲਦੇ ਹਾਂ ਅਗਲੇ ਹਫਤੇ ਕਿਸੇ ਹੋਰ ਮੁਜਰਮ ਦੇ ਨਾਲ ਤਦ ਤੱਕ ਆਪਣੇ ਗੁਰਚੇ ਚਿੱਤਰਕਾਰ ਨੂੰ ਦਿਓ ਇਜਾਜ਼ਤ ਰੱਬ ਰੱਖਾ ਤੁਸੀਂ ਇੰਨਾ ਖੁੱਲਾ ਮੈਦਾਨ ਛੱਡ ਕੇ ਨਹੀਂ ਤੰਗ ਜਗ੍ਹਾ 'ਚ ਲੜ ਰਹੇ ਹੋ ਨਾਲੇ ਗੱਲ ਸੁਣੋ ਤੂੰ ਝੂਠ ਮਾਰਦਾ ਤੂੰ ਕਹਿੰਦਾ ਸੀ ਇਹਦੇ ਕੋਲ ਹਥਿਆਰ ਇਹਦੇ ਕੋਲ ਕਿਹੜਾ ਹਥਿਆਰ ਹੈ ਇਹ ਬਹੁਤ ਖਤਰਨਾਕ ਹਥਿਆਰ ਹੈ ਦਿੱਲੀ ਵਿੱਚ ਐਸ ਨੇ ਸਫਾਈ ਕੀਤੀ ਹੈ ਗੰਦ ਦੀ ਅੱਛਾ ਅੱਛਾ ਆਮ ਆਦਮੀ ਪਾਰਟੀ ਦੀ ਸਮਰਥਕ ਹੈ ਤੇ ਇਹ ਕਿਸੇ ਹੋਰ ਪਾਰਟੀ ਦਾ ਬੰਦਾ ਮੈਨੂੰ ਲੱਗਦਾ ਇਹਨੇ ਜਰੂਰ ਤੇਰੀ ਆਮ ਵੋਟਾਂ ਥੋੜੀਆਂ ਹੋਣੀਆਂ ਨੇ ਵੋਟਾਂ ਕਾ ਨੂੰ ਥੋੜੀਆਂ ਇਹ ਤਾਂ ਮੈਨੂੰ ਮਾਰ ਕੇ ਸਭੂ ਇੱਕ ਵੋਟ ਖਤਮ ਕਰਨਾ ਚਾਹੁੰਦੀ ਆ ਆ ਮੈਨੂੰ ਬਚਾਲਾ ਭਰਾਵਾ